ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ। ਰਮਨਦੀਪ ਕੌਰ ਐਮਪੀ ਦੁਆਰਾ ਲਿਖੇ ਗਏ ਨਾਵਲ ਕਿਸਮਾਂ ਦੀ ਖੇਡ ਦਾ ਭਾਗ ਤੀਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਕੀਤੀ, ਮੈਂ ਕਿੰਨੀ ਵਾਰ ਕਿਹਾ ਹੈ ਲਵੀ ਨੂੰ ਵੀ ਇੱਦਾਂ ਦੇ ਕੰਮਾਂ 'ਚ ਨਾ ਜਾਇਆ ਕਰ, ਪਰ ਕਿੱਥੇ। ਸਿਮਰਨ, ਉਹ ਬੰਦੇ ਸੱਚੀ ਬਹੁਤ ਖੱਬੇ ਨੇ। ਕੀਰਤੀ, ਕੋਈ ਨਹੀਂ, ਘਰ ਮੰਮੀ ਦੱਸ ਦੇਣਗੇ ਇਹਨੂੰ ਪਤਾ, ਨਾਲੇ ਘੁਰੂ ਮੈਂ ਨਾਲੇ ਤੂੰ ਘੁਰਦੇ ਕਰਦੇ ਇਹਨੂੰ ਸਿੱਧਾ। ਸਿਮਰਨ, ਹਾਂ, ਪਰ ਪਹਿਲਾਂ ਅਸੀਂ ਉਹਨਾਂ ਨੂੰ ਕਰਨਾ ਹੈ ਹੁਣ ਸਿੱਧੇ, ਕਿਉਂਕਿ ਉਹਨਾਂ ਨੇ ਲਵੀ ਦਾ ਇਹ ਹਾਲ ਬਣਾਉਣ ਦੀ ਗਲਤੀ ਤਾਂ ਕੀਤੀ ਹੀ ਆ। ਪਹਿਲਾਂ ਉਸ ਮੁੰਡੇ ਨੇ ਆਪਣੀ ਘਰਵਾਲੀ ਨੂੰ ਵੀ ਤੰਗ ਕੀਤਾ ਹੋਇਆ ਹੈ, ਕਿਉਂਕਿ ਉਹਦੇ ਕਾਫੀ ਸਾਲ ਹੋ ਗਏ ਵਿਆਹ ਹੋਏ ਨੂੰ, ਪਰ ਉਹ ਮਾਂ ਨਹੀਂ ਬਣ ਸਕੀ। ਹੁਣ ਇਹਨੇ ਉਹਨੂੰ ਕਈ ਮਹੀਨਿਆਂ ਤੋਂ ਪੇਕੇ ਛੱਡਿਆ ਹੋਇਆ ਹੈ। ਇਸੇ ਕਰਕੇ ਪੰਚਾਇਤ ਲੈ ਕੇ ਨਾਲ ਲਵੀ ਨੂੰ ਲੈ ਕੇ ਉਹ ਸੌਰੀ ਗਿਆ ਸੀ ਆਪਣੀ। ਕੀਰਤੀ, ਫਿਰ ਲਵੀ ਨੂੰ ਕਿਉਂ ਕੁੱਟਿਆ ਉਹਨੇ। ਸਿਮਰਨ, ਮੈਂ ਪਤਾ ਕਰਾਇਆ ਏ ਵੀ ਲਵੀ ਨੂੰ ਜਦੋਂ ਅਸਲੀ ਗੱਲਾਂ ਪਤਾ ਲੱਗੀਆਂ, ਫਿਰ ਉਹਨੇ ਉਸ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਹੀ ਗਲਤ ਕਰਦਾ ਏ ਆਪਣੀ ਘਰਵਾਲੀ ਨਾਲ। ਅੱਗੇ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਆਇਆ ਏ ਅਤੇ ਗੱਲਾਂ ਮੇਰੇ ਸਹੁਰਿਆਂ ਵੱਲ ਦੀਆਂ ਕਰਦਾ ਏ। ਦੋਹਾਂ 'ਚ ਖੜਕ ਗਈ ਉਹਨੇ ਗੁੱਸੇ 'ਚ ਆ ਕੇ ਆਪਣੇ ਬੰਦਿਆਂ ਨੂੰ ਕਹਿ ਕੇ ਇਹਨੂੰ ਕਟਵਾ ਕੇ ਰੇਲ ਦੀ ਪਟੜੀ 'ਤੇ ਸੁੱਟਵਾ ਤਾ। ਕੀਰਤੀ, ਇੱਦਾਂ ਦੇ ਲੋਕਾਂ ਤੋਂ ਪਤਾ ਨਹੀਂ ਇਹਨੇ ਕੀ ਲੈਣਾ ਹੁੰਦਾ। ਮੰਮੀ ਜੀ ਨੇ ਵੀ ਇਹਨੂੰ ਬਹੁਤ ਸਮਝਾਇਆ ਸੀ ਵੀ ਉਹ ਬੰਦੇ ਸਹੀ ਨਹੀਂ, ਪਰ ਲਵੀ ਸੁਣਦਾ ਕਿਸੇ ਦੀ ਨਹੀਂ। ਪਾਗਲ ਹੀ ਆ ਸੱਚੀ ਇਹ ਵੀ ਮੁੰਡਾ। ਸਿਮਰਨ, ਚੱਲ ਕੋਈ ਨਾ, ਟੈਨਸ਼ਨ ਨਾ ਲੈ, ਹੁਣ ਠੀਕ ਆ ਹੁਣ ਉਹ। ਕੀਰਤੀ, ਅੱਛਾ ਤੂੰ ਦੱਸ ਦਵਾਈ ਲਈ ਕਿ ਨਹੀਂ, ਕੱਲ੍ਹ ਮੈਨੂੰ ਫੋਨ 'ਤੇ ਗੱਲਾਂ ਕਰਦੇ ਟਾਈਮ ਲੱਗਿਆ ਸੀ ਵੀ ਖਾਂਸੀ ਜ਼ੁਕਾਮ ਬਹੁਤ ਹੋਇਆ ਹੋਇਆ ਸੀ। ਸਿਮਰਨ, ਹਾਂ ਠੀਕ ਆ, ਕੱਲ੍ਹ ਨਾਲੋਂ ਤਾਂ ਵੈਸੇ ਦਵਾਈ ਲੈ ਲਈ ਸੀ ਮੈਂ। ਤੂੰ ਦੱਸ ਹੋਈ ਕੋਈ ਗੱਲਬਾਤ ਤੇਰੀ ਤੇਰੇ ਮਿਸਟਰ ਨਾਲ ਦੁਬਾਰਾ ਕਿ ਨਹੀਂ। ਕੀਰਤੀ, ਨਹੀਂ ਫੋਨ ਨਹੀਂ ਆਇਆ ਅਜੇ ਤੱਕ ਤਾਂ, ਪਰ ਜਦ ਮਰਜ਼ੀ ਕਰੇ ਫੋਨ, ਮੈਂ ਮਨਾ ਹੀ ਕਰਨਾ ਏ, ਕਰਵਾ ਲਵੇ ਹੁਣ ਜਿੱਥੇ ਕਰਵਾਉਣਾ ਏ। ਸਿਮਰਨ, ਤੂੰ ਉਹਦੀ ਦੀਦੀ ਨੂੰ ਫੋਨ ਕਰਕੇ ਮਨਾ ਕਰ ਦੇ, ਨੰਬਰ ਦੇਵਾਂ ਮੈਂ ਜੇ ਨਹੀਂ ਹੈਗਾ ਤੇਰੇ ਕੋਲ। ਕੀਰਤੀ, ਨਹੀਂ ਨਹੀਂ ਨੰਬਰ ਤਾਂ ਹੈਗਾ ਮੇਰੇ ਕੋਲ। ਸਿਮਰਨ, ਚੱਲ ਕੂਲ ਮਾਇੰਡ ਹੋ ਕੇ ਗੱਲ ਕਰ ਲਈ ਫਿਰ, ਓਕੇ, ਜੇ ਫ੍ਰੀ ਹਾਂ ਤਾਂ ਮੈਂ ਫੋਨ ਕਰਾਂ। ਕੀਰਤੀ, ਨਹੀਂ ਅਜੇ ਮੈਂ ਸਬਜ਼ੀ ਬਣਾ ਰਹੀ ਹਾਂ, ਫਿਰ ਕਰਦੀ ਹਾਂ ਮੈਂ ਜਦੋਂ ਫ੍ਰੀ ਹੋ ਗਈ। ਕੁਝ ਦੇਰ ਬਾਅਦ ਕੀਰਤੀ ਨੇ ਸਿਮਰਨ ਨੂੰ ਫੋਨ ਕਰਕੇ ਗੱਲ ਕੀਤੀ। ਸਿਮਰਨ ਨੇ ਕੀਰਤੀ ਨਾਲ ਕੁਝ ਦਿਨਾਂ ਬਾਅਦ ਆ ਕੇ ਮਿਲਣ ਦਾ ਵਾਅਦਾ ਵੀ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਦੁਬਾਰਾ ਫੋਨ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਅਤੇ ਮੁੜ ਕੇ ਉਸਦਾ ਫੋਨ ਨਾ ਆਇਆ। ਅਗਲੇ ਦਿਨ ਸ਼ਾਮ ਨੂੰ ਚਾਹਤ ਨੇ ਕੀਰਤੀ ਨੂੰ ਮੈਸੇਜ ਕਰਕੇ ਦੱਸਿਆ, ਚਾਹਤ ਦੀਦੀ ਇੱਕ ਪ੍ਰੋਬਲਮ ਆ। ਕੀਰਤੀ, ਕੀ ਦੱਸ। ਚਾਹਤ, ਦੀਦੀ ਲਵੀ ਭੱਜ ਗਿਆ ਹੋਸਪਿਟਲ 'ਚੋਂ। ਕੀਰਤੀ, ਕਦੋਂ ਕਿੱਥੇ। ਚਾਹਤ, 5 ਕੁ ਵਜੇ ਕਹਿੰਦੇ ਸੀ, ਸ਼ਾਇਦ ਉਹਨਾਂ ਮੁੰਡਿਆਂ ਕੋਲ ਹੀ ਗਿਆ ਹੋਣਾ ਏ ਦੀਦੀ। ਕੀਰਤੀ, ਫਿਰ ਹੁਣ ਕੀ ਕਰੀਏ, ਸਿੰਮੂ ਦਾ ਵੀ ਨਹੀਂ ਪਤਾ ਕਿੱਥੇ ਆ, ਅੱਜ ਉਹਦਾ ਕੋਈ ਮੈਸੇਜ ਵੀ ਨਹੀਂ ਆਇਆ। ਚਾਹਤ, ਦੀਦੀ ਇੱਕ ਬੈਡ ਨਿਊਜ਼ ਹੋਰ ਵੀ ਆ, ਸਿੰਮੂ ਐਡਮਿਟ ਆ, ਕਹਿੰਦੇ ਉਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਕੀਰਤੀ, ਹਾਏ ਰੱਬਾ, ਕਿੱਥੇ ਐਡਮਿਟ ਆ, ਤੈਨੂੰ ਚੰਗੀ ਤਰ੍ਹਾਂ ਪਤਾ ਵੀ ਆ, ਕਿਹਨੇ ਦੱਸਿਆ ਏ ਤੈਨੂੰ। ਚਾਹਤ, ਮਾਸੀ ਜੀ ਨੂੰ ਪਤਾ ਲੱਗਿਆ ਸੀ ਕਿਸੇ ਤੋਂ, ਕਹਿੰਦੇ ਲੈ ਕੇ ਗਏ ਹੋਏ ਨੇ ਬੀਕਾਨੇਰ ਨੂੰ। ਕੀਰਤੀ, ਫਿਰ ਹੁਣ। ਚਾਹਤ, ਦੀਦੀ ਮੈਨੂੰ ਤਾਂ ਡਰ ਲੱਗਦਾ ਏ ਦੋਵਾਂ ਬਾਰੇ ਸੋਚ ਕੇ। ਕੀਰਤੀ, ਲਵੀ ਨੂੰ ਹੁਣ ਕੌਣ ਲਿਆਊਗਾ, ਮੈਂ ਵੀ ਉਹਨੂੰ ਹੀ ਕਹਿ ਸਕਦੀ ਸੀ, ਉਹ ਵੀ ਹੁਣ ਤਾਂ ਠੀਕ ਨਹੀਂ, ਹੁਣ ਕੀ ਕਰੀਏ। ਚਾਹਤ, ਮਾਸੀ ਜੀ ਕਹਿੰਦੇ
ਲਵੀ ਕਹਿੰਦਾ ਸੀ ਵੀ ਜਿੰਨਾ ਟਾਈਮ ਉਹਨਾਂ ਮੁੰਡੇ ਨੂੰ ਹੌਸਪੀਟਲ ਨਹੀਂ ਪਹੁੰਚਾਉਂਦਾ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਂਦਾ। ਕੀਰਤੀ, ਫਿਰ ਜਲਦੀ ਉਹਨੂੰ ਲੈ ਕੇ ਆਓ, ਇਸ ਤੋਂ ਪਹਿਲਾਂ ਕਿ ਉਹ ਕੋਈ ਨਵਾਂ ਪੰਗਾ ਖੜ ਕਰ ਦੇਵੇ ਜਾਂ ਉਹਦਾ ਕੋਈ ਨੁਕਸਾਨ ਹੋਵੇ। ਗੁੱਸੇ ਵਿੱਚ ਉਹਨੂੰ ਪਤਾ ਨਹੀਂ ਲੱਗਦਾ ਠੀਕ ਗਲਤ ਦਾ। ਨਾਲੇ ਚਾਹਤ, ਕਿਹਾ ਏ ਦੀਦੀ ਮੈਂ ਮਾਸੀ ਜੀ ਨੂੰ। ਕੀਰਤੀ, ਹੁਣ ਸਿੰਮੂ ਦਾ ਕਿਵੇਂ ਪਤਾ ਕਰੀਏ। ਚਾਹਤ, ਹੋਰ ਕੀ ਦੀਦੀ, ਆਪਾਂ ਤਾਂ ਬੁਰੇ ਫਸ ਗਏ, ਮੇਰੇ ਕੋਲ ਤਾਂ ਨੰਬਰ ਵੀ ਨਹੀਂ ਉਹਦਾ। ਕੀਰਤੀ, ਮੇਰੇ ਕੋਲ ਵੀ ਨਹੀਂ, ਜੇ ਹੁੰਦਾ ਵੀ ਤਾਂ ਉਹਨੇ ਮੈਨੂੰ ਕਾਲ ਮੈਸੇਜ ਕਰਨ ਤੋਂ ਮਨਾ ਕੀਤਾ ਹੋਇਆ ਏ ਸਮਰ ਦੀ ਵਾਈਫ ਕਰਕੇ। ਚਾਹਤ, ਦੀਦੀ ਮੈਂ ਫਿਰ ਗੱਲ ਕਰਦੀ ਹਾਂ, ਰੋਟੀ ਬਣਾ ਕੇ ਦੇ ਦੇਵਾਂ ਸੀਰਤ ਦੀ ਡੈਡੀ ਨੂੰ, ਉਹਨਾਂ ਨੇ ਦਵਾਈ ਲੈਣੀ ਆ ਰੋਟੀ ਖਾ ਕੇ, ਫਿਰ ਕਰਦੀ ਹਾਂ ਮੈਸੇਜ। ਰਾਤ ਨੂੰ 9:30। ਚਾਹਤ, ਦੀਦੀ ਇਹਨੇ ਉਹਨਾਂ ਮੁੰਡਿਆਂ 'ਤੇ ਸੱਟਾਂ ਮਾਰੀਆਂ। ਕੀਰਤੀ, ਆਪ ਕਿੱਥੇ ਆ? ਚਾਹਤ, ਆਪ SHO ਅਵਨੀਤ ਕੋਲ, ਉਹਨੇ ਆਪਣੇ ਵੀ ਬਲੇਡ ਮਾਰ ਲਏ ਦੀਦੀ। ਕੀਰਤੀ, ਸੱਚੀ ਇਹ ਵੀ ਮੁੰਡਾ ਪਾਗਲ ਹੀ ਹੋ ਜਾਂਦਾ ਏ ਗੁੱਸੇ ਵਿੱਚ ਤਾਂ। ਚਾਹਤ, ਦੀਦੀ ਸੱਚੀ ਬਹੁਤ ਔਖਾ ਏ ਇੱਥੇ ਰਹਿਣਾ, ਮੈਂ ਤਾਂ ਚਲੇ ਹੀ ਜਾਣਾ ਏ ਕੱਲ੍ਹ ਨੂੰ, ਮੇਰੇ ਤੋਂ ਨਹੀਂ ਰਿਹਾ ਜਾਂਦਾ ਇੱਦਾਂ ਦੇ ਇਨਸਾਨ ਨਾਲ ਜਿਹਨੂੰ ਨਾ ਆਪਣੀ ਫਿਕਰ ਆ ਨਾ ਆਪਣੀ ਫੈਮਲੀ ਦੀ। ਕੀਰਤੀ, ਸਭ ਠੀਕ ਹੋ ਜਾਣਾ, ਇੱਦਾਂ ਤਾਂ ਨਹੀਂ ਕਰਨਾ ਕੁਝ ਵੀ। ਓਕੇ, ਜੇ ਇਹਦੇ ਨਾਲ ਨਹੀਂ ਰਹਿ ਸਕਦੀ ਤਾਂ ਇਹਨੂੰ ਛੱਡ ਵੀ ਨਹੀਂ ਸਕਦੀ ਇੱਦਾਂ। ਓਕੇ। ਚਾਹਤ, ਦੀਦੀ ਜੇ ਇਹਨੂੰ ਕੁਝ ਹੋ ਗਿਆ ਫਿਰ ਮੈਂ ਕੀ ਕਰੂੰ? ਕੀਰਤੀ, ਕੁਝ ਨਹੀਂ ਹੁੰਦਾ ਇਹਨੂੰ, ਮੈਂ ਤਾਂ ਇਹਨੂੰ ਚਿੱਟੇ ਵਾਲੇ ਕੋਲ ਕਢਵਾ ਲਿਆ ਸੀ ਮੰਮੀ ਜੀ ਨੂੰ ਕਹਿ ਕੇ, ਇਹ ਤਾਂ ਗੱਲ ਹੀ ਕਿੱਡੀ ਕਾ। ਚਾਹਤ, ਪਲੀਜ਼ ਦੀਦੀ ਸਮਝਾਓ ਇਹਨੂੰ, ਮੈਂ ਹੋਰ ਸਭ ਕੁਝ ਸਹਿ ਲੂੰਗੀ ਪਰ ਇਹ ਖੂਨ ਖਰਾਬਾ ਨਹੀਂ ਸਹਿ ਸਕਦੀ। ਕੀਰਤੀ, ਫਿਕਰ ਨਾ ਕਰ, ਮੈਂ ਕਰ ਲੂੰਗੀ ਆਪੇ ਗੱਲ। ਓਕੇ। ਚਾਹਤ, ਅੱਛਾ ਠੀਕ ਆ ਦੀਦੀ, ਤੁਸੀਂ ਸਿਮਰਨ ਦਾ ਦੱਸੋ ਕੁਛ ਪਤਾ ਲੱਗਿਆ ਕਿ ਨਹੀਂ? ਕੀਰਤੀ, ਨਹੀਂ ਮੈਂ ਮੈਸੇਜ ਕੀਤੀ ਸੀ, ਕਿਸੇ ਨੇ ਦੇਖੀ ਹੀ ਨਹੀਂ। ਚਾਹਤ, ਦੀਦੀ ਫਿਰ ਹੁਣ ਕੌਣ ਦੱਸੂ ਆਪਾਂ ਨੂੰ ਉਹਦੇ ਬਾਰੇ? ਕੋਈ ਗੱਲ, ਮਾਸੀ ਜੀ ਵੀ ਨਹੀਂ ਕਮਰੇ 'ਚੋਂ ਬਾਹਰ ਨਿਕਲਦੀ। ਕੀਰਤੀ, ਚੱਲ ਦੇਖਦੇ ਹਾਂ ਸਵੇਰੇ, ਲਵੀ ਦਾ ਆਇਆ ਕੋਈ ਪਤਾ ਕਿ ਨਹੀਂ? ਚਾਹਤ, ਨਹੀਂ ਦੀਦੀ ਉਦੋਂ ਹੀ ਆਇਆ ਸੀ ਫੋਨ, ਮਾਸੀ ਜੀ ਨੇ ਭੇਜਿਆ ਤਾਂ ਹੋਊਗਾ ਕਿਸੇ ਨਾ ਕਿਸੇ ਨੂੰ। ਕੀਰਤੀ, ਹਮ ਸਿਮਰਨ ਦੇ ਤਾਂ ਨਾਲ ਦੇ ਕਿਸੇ ਨੂੰ ਵੀ ਨਹੀਂ ਜਾਣਦੀ, ਕਿੱਥੋਂ ਪਤਾ ਕਰਾਂ, ਫਿਕਰ ਹੋਈ ਜਾਂਦੀ ਹੈ ਮੈਨੂੰ ਉਹਦੀ। ਚਾਹਤ, ਦੀਦੀ ਚਲੋ ਮੈਂ ਕਰਦੀ ਹਾਂ ਪਤਾ ਕਿਸੇ ਦੂਜੇ ਘਰ ਹੋਇਆ। ਕੀਰਤੀ, ਕਿੱਥੋਂ ਕਰੇਂਗੀ ਤੂੰ ਪਤਾ, ਸਮਰ ਦਾ ਵੀ ਨਹੀਂ ਪਤਾ ਅਜੇ ਕਦੋਂ ਆਊਗਾ ਬਾਹਰ। ਚਾਹਤ, ਚਲੋ ਦੀਦੀ ਸਵੇਰੇ ਗੱਲ ਕਰਦੇ ਹਾਂ, ਮੈਂ ਮਾਸੀ ਜੀ ਨੂੰ ਰੋਟੀ ਦੇ ਦੇਵਾਂ ਨਾਲੇ ਦਵਾਈ ਦੇ ਦੇਵਾਂ 10:15। ਚਾਹਤ, ਦੀਦੀ ਲਵੇ ਆ ਗਿਆ। ਕੀਰਤੀ, ਸ਼ੁਕਰ ਆ, ਕਿਵੇਂ ਆ ਉਹ? ਚਾਹਤ, ਠੀਕ ਆ ਦੀਦੀ, ਕਾਫੀ ਖੂਨ ਚੱਲਦਾ ਏ ਉਹਦੇ। ਕੀਰਤੀ, ਜਾਂ ਉਹਨੂੰ ਰੋਟੀ ਪਾਣੀ ਦੇ ਨਾਲੇ ਦਵਾਈ ਦੇ, ਕੋਈ ਪੱਟੀ ਕਰਦੀ ਜੇ ਕਰਾਉਂਦਾ ਏ। ਚਾਹਤ, ਹਾਂਜੀ ਦੀਦੀ ਰੋਟੀ ਦਿੰਦੀ ਹਾਂ, ਪੱਟੀ ਵੀ ਕਰ ਦੂੰਗੀ। ਕੀਰਤੀ, ਚੱਲ ਫੋਨ ਰੱਖ ਕੇ ਉਹਨੂੰ ਦੇਖ ਪਹਿਲਾਂ, ਫਿਰ ਮੇਰੇ ਨਾਲ ਸਵੇਰੇ ਗੱਲ ਕਰੀ, ਧਿਆਨ ਰੱਖੀ ਆਪਣਾ ਨਾਲੇ ਸਭ ਦਾ। ਚਾਹਤ, ਠੀਕ ਆ ਦੀਦੀ। ਅਗਲੇ ਦਿਨ ਲਵੀ ਨੇ ਕੀਰਤੀ ਨੂੰ ਫੋਨ ਕੀਤਾ। ਲਵਪ੍ਰੀਤ, ਹੈਲੋ। ਹਾਂਜੀ ਭਾਬੀ ਜੀ, ਕਿਵੇਂ ਹੋ ਤੁਸੀਂ? ਕੀਰਤੀ, ਠੀਕ ਆ ਲਵੀ, ਤੂੰ ਦੱਸ ਕਿਵੇਂ ਆ? ਅੰਮ੍ਰਿਤ ਕਿਵੇਂ ਨੇ? ਨਾਲੇ ਮੰਮਾ, ਸਿਮੂ ਦਾ ਲੱਗਿਆ ਕੋਈ ਪਤਾ ਕਿਵੇਂ ਆ ਹੋਣ? ਲਵਪ੍ਰੀਤ, ਠੀਕ ਨੇ ਸਾਰੇ ਭਾਬੀ, ਮੈਂ ਇੱਕ ਜ਼ਰੂਰੀ ਗੱਲ ਦੱਸਣ ਨੂੰ ਫੋਨ ਕੀਤਾ ਹੈ। ਕੀਰਤੀ, ਹਮ ਦੱਸ ਕੀ ਗੱਲ ਆ? ਲਵਪ੍ਰੀਤ, ਭਾਬੀ ਸਿਮੂ ਦੀ ਡੈਥ ਹੋ ਗਈ। ਕੀਰਤੀ ਉਦਾਸੀ ਹੁੰਦੇ ਹੋਏ, ਹਾਏ ਰੱਬਾ, ਤੈਨੂੰ ਵੀ ਨਹੀਂ ਦੱਸਿਆ ਏ, ਇੰਨਾ ਕੀ ਹੋ ਗਿਆ ਸੀ ਉਹਨੂੰ? ਲਵਪ੍ਰੀਤ, ਬਸ ਹੁਣ ਜਦੋਂ ਆ ਹੀ ਲੱਗੀ ਭਾਬੀ, ਮਾਸੀ ਜੀ ਗਏ ਨੇ ਸੰਸਕਾਰ 'ਤੇ,
ਦੁਪਹਿਰ ਨੂੰ ਕਰਨਗੇ ਚੰਡੀਗੜ੍ਹ ਵਿੱਚ ਹੀ ਭੱਠੀ ਵਾਲੀ ਮਸ਼ੀਨ ਵਿੱਚ ਸੰਸਕਾਰ ਉਹਦਾ ਵਿਚਾਰੀ ਦਾ। ਕੀਰਤੀ ਠੀਕ ਹੋ ਜਾਂਦੀ ਵਿਚਾਰੀ, ਕੀ ਕਰਨਗੇ ਉਹਦੀ ਮੰਮੀ ਵਿਚਾਰੇ ਇਕੱਲੇ ਰਹਿਣਗੇ ਲਵੀ। ਲਵਪ੍ਰੀਤ ਭਾਵੇਂ ਹੁਣ ਜਾ ਕੇ ਸੁਧਰੀ ਸੀਗੀ ਵੀ, ਪਹਿਲਾਂ ਪਤਾ ਨਹੀਂ ਕਿਹਨੂੰ ਕਿਹਨੂੰ ਤੰਗ ਕਰਦੀ ਰਹੀ ਆ। ਦਰਸ਼ੀਸ਼ਾਂ ਤਾਂ ਲੱਗਦੀਆਂ ਹੀ ਹੁੰਦੀਆਂ ਨੇ ਕਦੇ ਨਾ ਕਦੇ, ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਇੱਦਾਂ ਦੀ ਮੌਤ ਨਾ ਮਰਦੀ। ਚਲੋ ਜੋ ਰੱਬ ਨੂੰ ਮਨਜ਼ੂਰ। ਕੀਰਤੀ ਕਹਿੰਦੀ ਸੀ ਮੈਨੂੰ ਕਿ ਬਹੁਤ ਥੋੜ੍ਹੇ ਦਿਨ ਨੇ ਮੇਰੇ ਕੋਲ, ਜਿਵੇਂ ਉਹਨੂੰ ਪਤਾ ਹੀ ਹੁੰਦਾ ਏ ਵੀ 2 ਕੁ ਦਿਨ ਚਲੇ ਜਾਣਾ ਏ ਉਹਨੇ। ਪਹਿਲਾਂ ਸੀਰਤ ਚਲੀ ਗਈ, ਹੁਣ ਇਹ ਚਲੀ ਗਈ, ਪਤਾ ਨਹੀਂ ਕੀ ਗੱਲ ਆ, ਮੈਨੂੰ ਸਾਰੇ ਹੀ ਛੱਡ ਛੱਡ ਜਾਈ ਜਾਂਦੇ ਨੇ। ਲਵਪ੍ਰੀਤ ਭਾਬੀ ਮੈਂ ਹੈਗਾ ਏ, ਕਿਤੇ ਨਹੀਂ ਜਾਂਦਾ, ਘਬਰਾਓ ਨਾ ਤੁਸੀਂ, ਨਾਲ ਹਾਂ ਤੁਹਾਡੇ ਅਸੀਂ। ਕੀਰਤੀ ਹਮ। ਲਵਪ੍ਰੀਤ ਚਲੋ ਮਨ ਨੂੰ ਨਹੀਂ ਗੱਲ ਹੋਣੀ ਤੁਸੀਂ, ਥੋੜ੍ਹਾ ਜਿਹਾ ਬਿਜ਼ੀ ਹਾਂ ਮੈਂ, ਫਿਰ ਕਰੂੰਗਾ ਫੋਨ, ਓਕੇ। ਕੀਰਤੀ ਹਮ ਓਕੇ। ਇਸ ਤੋਂ ਬਾਅਦ ਲਵਪ੍ਰੀਤ ਨੇ ਫੋਨ ਕੱਟ ਦਿੱਤਾ। ਕੀਰਤੀ ਵੀ ਖੁਦ ਨੂੰ ਕੰਮ ਵਿੱਚ ਰੁੱਝੀ ਰੱਖਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਜੋ ਉਹ ਸਿਮਰਨ ਦੀ ਜਾਨ ਦੀ ਗੱਲ ਨੂੰ ਮਨ 'ਤੇ ਨਾ ਲੱਗਣ ਦੇਵੇ। ਅਗਲੇ ਦਿਨ 17 ਅਗਸਤ ਨੂੰ ਸ਼ਾਮ ਤੱਕ ਕੀਰਤੀ ਨੇ ਕਿਸੇ ਨਾਲ ਕੋਈ ਵੀ ਗੱਲ ਨਾ ਕੀਤੀ ਅਤੇ ਨਾ ਹੀ ਕਿਸੇ ਨੂੰ ਫੋਨ ਮੈਸੇਜ ਕੀਤਾ। ਇਹ ਦੇਖਦੇ ਹੋਏ ਸ਼ਾਮ ਦੇ 5:15 ਚਾਹਤ ਨੇ ਕੀਰਤੀ ਨੂੰ ਮੈਸੇਜ ਕੀਤਾ। ਚਾਹਤ, ਹੈਲੋ ਦੀਦੀ, ਕਿਵੇਂ ਹੋ? ਕੀ ਗੱਲ ਹੋ ਗਈ? ਤੁਸੀਂ ਕੱਲ੍ਹਦਿਆਂ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਕੋਈ। ਤੁਸੀਂ ਕਿਤੇ ਸਾਡੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਤਾਂ ਨਹੀਂ ਕਰਦੇ? ਜੇ ਦੂਰ ਹੋਣਾ ਏ ਤਾਂ ਸਾਨੂੰ ਕਹਿ ਦਿਉ, ਅਸੀਂ ਆਪਣੇ ਆਪ ਹੀ ਦੂਰ ਹੋ ਜਾਵਾਂਗੇ, ਤੁਹਾਨੂੰ ਨਹੀਂ ਤਕਲੀਫ ਦਿੰਦੇ ਅਸੀਂ। ਕੀਰਤੀ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਚਾਹਤ, ਬਸ ਕੱਲ੍ਹ ਦੀ ਤਬੀਅਤ ਨਹੀਂ ਠੀਕ ਮੇਰੀ, ਤਾਂ ਕਰਕੇ ਨਹੀਂ ਗੱਲ ਕੀਤੀ ਮੈਂ ਕੋਈ। ਚਾਹਤ, ਫਿਰ ਤੁਸੀਂ ਟੈਨਸ਼ਨ ਨਾ ਲਿਆ ਕਰੋ, ਕਿੰਨੀ ਵਾਰ ਤਾਂ ਤੁਹਾਨੂੰ ਸਮਝਾਇਆ ਏ ਵੀ ਨਾ ਫਿਕਰ ਕਰਿਆ ਕਰੋ, ਪਰ ਤੁਸੀਂ ਕਿੱਥੇ ਸੁਣਦੇ ਹੋ? ਕੀਰਤੀ, ਬਸ ਪਤਾ ਨਹੀਂ ਕੀ ਹੋ ਗਿਆ ਮੈਨੂੰ ਇੱਕਦਮ ਹੀ। ਚਾਹਤ, ਦੀਦੀ ਤੁਸੀਂ ਮਨ 'ਤੇ ਨਾ ਗੱਲ ਆਇਆ ਕਰੋ ਪਲੀਜ਼, ਤਾਂ ਹੀ ਨਹੀਂ ਮਾਸੀ ਜੀ ਕੋਈ ਗੱਲ ਦੱਸਣ ਦਿੰਦੇ ਤੁਹਾਨੂੰ, ਕਹਿੰਦੇ ਫਿਰ ਬਿਮਾਰ ਹੋ ਜਾਂਦੀ ਆ। ਕੀਰਤੀ, ਫਿਰ ਹੋਰ ਕਿਹਨੂੰ ਦੱਸੋਗੇ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ? ਚਾਹਤ, ਫਿਰ ਤੁਸੀਂ ਆਪਣੇ ਆਪ ਦਾ ਧਿਆਨ ਤਾਂ ਰੱਖਦੇ ਨਹੀਂ ਦੀਦੀ। ਕੀਰਤੀ, ਕੋਈ ਨਹੀਂ ਠੀਕ ਹਾਂ ਮੈਂ, ਤੂੰ ਕਿ ਇੰਨੀ ਟੈਨਸ਼ਨ ਲੈ ਲਈ ਹੁਣ? ਚਾਹਤ, ਚਲੋ ਰੈਸਟ ਕਰੋ ਤੁਸੀਂ, ਗੱਲ ਗੱਲ ਕਰਦੇ ਹਾਂ ਆਪਾਂ। ਇੰਨਾ ਕਹਿ ਕੇ ਚਾਹਤ ਔਫਲਾਈਨ ਹੋ ਗਈ। ਥੋੜ੍ਹੀ ਦੇਰ ਬਾਅਦ ਕੀਰਤੀ ਨੂੰ ਲਵਪ੍ਰੀਤ ਦਾ ਮੈਸੇਜ ਆਇਆ। ਲਵਪ੍ਰੀਤ, ਭਾਬੀ ਕੀ ਹੋਇਆ, ਤੁਸੀਂ ਬਿਮਾਰ ਕਿਉਂ ਹੋ ਗਏ? ਕਿਉਂ, ਦਿਲ 'ਤੇ ਲਾ ਕੇ ਬਹਿ ਗਏ ਤੁਸੀਂ? ਕੀਰਤੀ, ਕੁਛ ਨਹੀਂ, ਬਸ ਉੱਦਾਂ ਹੀ ਹੋ ਗਿਆ, ਠੀਕ ਹੋ ਜਾਣਾ ਏ, ਮੈਂ ਕਿਧਰੇ ਨਹੀਂ ਮਰਦੀ ਮੈਂ। ਲਵਪ੍ਰੀਤ, ਅੱਛਾ ਸੁਣੋ ਭਾਬੀ, ਮਾਸੀ ਜੀ ਨੇ ਕੋਠੀ ਦੀ ਸਫਾਈ ਕਰਨ ਨੂੰ ਪਿੰਡ 'ਚੋਂ ਜਨਾਨੀਆਂ ਬੁਲਾਈਆਂ ਸੀ, ਕਹਿੰਦੇ ਕਿ ਮਾਲਕ ਆ ਰਹੇ ਨੇ ਕੋਠੀ ਦੇ, ਮਤਲਬ ਹਿਟਲਰ ਮਾਸੀ ਜੀ ਆ ਰਹੇ ਨੇ ਭਾਬੀ। ਕੀਰਤੀ, ਅੱਛਾ ਫਿਰ ਹੁਣ? ਲਵਪ੍ਰੀਤ, ਕੀ ਹੁਣ ਭਾਬੀ, ਤੁਸੀਂ ਕਿਉਂ ਫਿਕਰ ਕਰਦੇ ਹੋ? ਮੈਂ ਹੈਗਾ ਹਜੇ ਗੱਲ ਕਰਦੇ ਹਾਂ, ਤੁਸੀਂ ਨਾ ਫਿਕਰਾਂ ਵਿੱਚ ਪਾਓ ਐਵੇਂ। ਕੀਰਤੀ, ਮੈਨੂੰ ਤੁਹਾਡੇ ਸਭ ਦੇ ਹੁੰਦੇ ਹੋਏ ਕੀ ਫਿਕਰ ਹੋਣੀ ਆ, ਤੂੰ ਇੱਕ ਕੰਮ ਕਰੀ, ਮੈਨੂੰ ਕੱਲ੍ਹ ਨੂੰ ਮੇਰੀ ਗੱਲ ਕਰਾਈ ਇਹਨਾਂ ਨਾਲ, ਫਿਰ ਉਹ ਬਹੁਤ ਦਿਲ ਕਰਦਾ ਏ ਗੱਲ ਕਰਨ ਨੂੰ। ਲਵਪ੍ਰੀਤ, ਜੀ ਜਨਾਬ, ਤੁਸੀਂ ਕਹੋ ਤਾਂ ਅਸੀਂ ਮਨ੍ਹਾ ਕਿਵੇਂ ਕਰ ਸਕਦੇ ਹਾਂ, ਕਰਾ ਦੇਵਾਂਗੀ ਜੀ, ਹੁਣ ਤੁਸੀਂ ਰੈਸਟ ਕਰੋ, ਕੱਲ੍ਹ ਗੱਲ ਕਰਦੇ ਹਾਂ, ਨਾਲੇ ਦਵਾਈ ਲੈ ਲਿਓ ਕੋਈ ਵਧੀਆ ਜਿਹੀ, ਧਿਆਨ ਰੱਖਿਓ ਆਪਣਾ। ਅਗਲੇ ਦਿਨ ਸ਼ਾਮ ਨੂੰ 5:00 ਚਾਹਤ ਨੇ ਕੀਰਤੀ ਨੂੰ ਮੈਸੇਜ ਕੀਤਾ। ਚਾਹਤ, ਹੈਲੋ ਦੀਦੀ, ਲਵੀ ਸਵੇਰ ਦਾ ਪੁਲਿਸ ਥਾਣੇ ਗਿਆ ਏ, ਅਜੇ ਤੱਕ ਨਹੀਂ ਆਇਆ, ਉਹਨਾਂ ਨੇ ਬੁਲਾਇਆ ਸੀ, ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਦੀਦੀ। ਮਾਸੀ ਜੀ ਵੀ ਕਮਰੇ ਵਿੱਚ ਹੀ ਨੇ ਸਵੇਰ ਦੀ, ਦੀਦੀ ਮੇਰਾ ਜਮਾਂ ਦਿਲ ਨਹੀਂ ਲੱਗਦਾ। ਕੀਰਤੀ, ਮੈਨੂੰ ਕਿਉਂ ਨਹੀਂ ਦੱਸਿਆ, ਉਹਨੇ ਪਾਗਲ ਜੀ ਨੇ,
ਦਿਲ ਲਾਉਣ ਨੂੰ ਮੈਂ ਕੀ ਕਰਾਂ ਤੇਰੇ ਲਈ ਦੱਸ। ਆਉਣ ਨੂੰ ਤਾਂ ਮੇਰਾ ਵੀ ਦਿਲ ਬਹੁਤ ਕਰਦਾ ਏ, ਪਰ ਆ ਨਹੀਂ ਸਕਦੀ, ਮਜਬੂਰ ਹਾਂ ਮੈਂ। ਚਾਹਤ, ਦੀਦੀ ਮਾਸੀ ਜੀ ਨੇ ਸਫਾਈ ਕਰਨ ਲਈ ਜਨਾਨੀਆਂ ਬੁਲਾਈਆਂ ਸੀ, ਪਰ ਕੋਈ ਆਇਆ ਨਹੀਂ। ਕਹਿੰਦੇ ਸੀ ਵੀ ਕੋਠੀ ਦੇ ਰੀਅਲ ਓਨਰਸ ਆ ਰਹੇ ਨੇ। ਦੀਦੀ, ਇਹ ਸਭ ਕੀ ਹੋ ਰਿਹਾ ਏ? ਕੌਣ ਨੇ ਰੀਅਲ ਓਨਰਸ ਕੋਠੀ ਦੇ? ਕੀਰਤੀ, ਦੱਸਿਆ ਸੀ ਮੈਨੂੰ ਕੱਲ੍ਹ ਲਵੀ ਨੇ ਵੀ ਕਿ ਮਾਸੀ ਜੀ ਆ ਰਹੇ ਨੇ। ਚਾਹਤ, ਮਾਸੀ ਜੀ ਤਾਂ ਇਹੀ ਨੇ ਦੀਦੀ, ਫਿਰ ਹੋਰ ਕਿਵੇਂ ਆਉਣਾ ਏ? ਕੀਰਤੀ, ਅੰਮ੍ਰਿਤ ਦੇ ਮੰਮੀ ਨੇ ਆਉਣਾ ਏ। ਚਾਹਤ, ਮੰਮੀ ਤਾਂ ਉਹਦੀ ਇਹੀ ਨੇ, ਮਾਸੀ ਜੀ ਨਸੀਬ ਕੌਰ, ਕੀ ਬੋਲੀ ਜਾਂਦੇ ਹੋ ਤੁਸੀਂ ਦੀਦੀ? ਪਲੀਜ਼ ਸਮਝਾ ਦਿਓ, ਪਲੀਜ਼ ਪਲੀਜ਼ ਸਮਝਾ ਦਿਓ ਪਲੀਜ਼, ਨਹੀਂ ਤਾਂ ਮੇਰਾ ਦਿਮਾਗ ਹਿੱਲ ਜਾਣਾ ਏ। ਪਲੀਜ਼ ਦੀਦੀ, ਮੈਨੂੰ ਨਹੀਂ ਇੱਦਾਂ ਸਮਝ ਲੱਗਦੀ ਦੀਦੀ। ਕੀਰਤੀ, ਅਤੇ ਮੈਨੂੰ ਲੱਗਦਾ ਏ ਕਿ ਮੇਰੀ ਤਾਂ ਜਾਨ ਹੀ ਨਿਕਲ ਜਾਣੀ ਆ ਸ਼ਾਇਦ। ਚਾਹਤ, ਕਿਉਂ, ਕੀ ਹੋਇਆ ਦੀਦੀ? ਕੀਰਤੀ, ਉਹਨਾਂ ਨੇ ਕੁੜੀ ਲੈ ਕੇ ਆਉਣੀ ਆ ਬਾਹਰੋਂ ਅੰਮ੍ਰਿਤ ਲਈ। ਚਾਹਤ, ਬਾਹਰੋਂ ਮਤਲਬ ਦੀਦੀ ਕਿਹਦੀ ਗੱਲ ਕਰਦੇ ਹੋ ਤੁਸੀਂ? ਕੀਰਤੀ, ਕੈਨੇਡਾ ਮੰਮੀ ਜੀ ਦੀ ਭੈਣ ਨੇ, ਉਹ ਅੰਮ੍ਰਿਤ ਦੀ ਮੰਮੀ ਨੇ ਅਤੇ ਮੰਮੀ ਜੀ ਉਹਨਾਂ ਦੇ ਮਾਸੀ ਨੇ। ਚਾਹਤ, ਦੀਦੀ ਪਲੀਜ਼ ਸਾਫ਼ ਸਾਫ਼ ਦੱਸ ਦੇ, ਮੈਨੂੰ ਪਤਾ ਨਹੀਂ ਲੱਗ ਰਿਹਾ। ਕੀਰਤੀ, ਅੰਮ੍ਰਿਤ ਨੂੰ ਇਹਨਾਂ ਦੀ ਕੈਨੇਡੇ ਵਾਲੇ ਮਾਸੀ ਜੀ ਨੇ ਗੋਦ ਲਿਆ ਹੋਇਆ ਏ, ਅਤੇ ਮੰਮੀ ਜੀ ਨੂੰ ਦੇ ਕੇ ਆ ਬਾਹਰ ਚਲੇ ਗਏ ਸੀ, ਹੁਣ ਵਾਪਸ ਆ ਰਹੇ ਨੇ। ਬਸ ਇੱਕ ਗੱਲ ਹੋਰ, ਉਹ ਬਹੁਤ ਅੜਬ ਸੁਭਾਅ ਦੇ ਨੇ, ਕਹਿੰਦੇ ਕਿਸੇ ਨੂੰ ਵੀ ਕੁਝ ਨਹੀਂ ਸਮਝਦੇ ਉਹ ਆਪਣੇ ਸਾਹਮਣੇ, ਮੰਮੀ ਜੀ ਨੂੰ ਵੀ ਨੇ। ਬੇਸ਼ੱਕ ਉਹ ਇਹਨਾਂ ਦੀ ਮੰਮੀ ਨੇ, ਪਰ ਮੇਰੇ ਲਈ ਇਹੀ ਮੰਮੀ ਜੀ ਰਹਿਣਗੇ ਹਮੇਸ਼ਾ, ਅਤੇ ਉਹ ਮਾਸੀ ਜੀ, ਮੈਂ ਇਹਨਾਂ ਦੀ ਜਗ੍ਹਾ ਉਹਨਾਂ ਨੂੰ ਨਹੀਂ ਦੇ ਸਕਦੀ। ਚਾਹਤ, ਇਹ ਸਭ ਹੋ ਕੀ ਰਿਹਾ ਏ ਦੀਦੀ? ਮੇਰੀ ਤਾਂ ਸਮਝ ਤੋਂ ਹੀ ਬਾਹਰ ਆ। ਕੀਰਤੀ, ਅਜੇ ਤਾਂ ਉਹਨਾਂ ਨੇ ਜਦੋਂ ਆਉਣਾ ਏ, ਫਿਰ ਪਤਾ ਨਹੀਂ ਕੀ ਹੋਣਾ ਏ, ਮੇਰਾ ਤਾਂ ਸਭ ਕੁਝ ਹੀ ਖਤਮ ਹੋ ਜਾਣਾ ਏ। ਚਾਹਤ, ਕਿਉਂ ਦੀਦੀ, ਫਿਰ ਕੀ ਹੋ ਗਿਆ ਜੇ ਉਹ ਆ ਰਹੇ ਨੇ ਤਾਂ? ਕੀਰਤੀ, ਅੱਛਾ ਛੱਡ ਇਹਨਾਂ ਗੱਲਾਂ ਨੂੰ, ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਉਹਨਾਂ ਦੇ ਆਉਣ ਦੀ ਕੋਈ ਤਰੀਕ ਪਤਾ ਏ ਕਿ ਨਹੀਂ? ਚਾਹਤ, ਦੀਦੀ ਘਰ ਕਾਗਜ਼ ਤਾਂ ਬਹੁਤ ਪਏ ਰਹਿੰਦੇ ਨੇ, ਪਰ ਉਹ ਮੇਰੇ ਕਿਸੇ ਕੰਮ ਦੇ ਨਹੀਂ ਹੁੰਦੇ, ਤਾਂ ਕਰਕੇ ਮੈਂ ਕਦੇ ਧਿਆਨ ਹੀ ਨਹੀਂ ਦਿੰਦੀ। ਕੀਰਤੀ, ਹਮ ਕੋਈ ਨਹੀਂ। ਚਾਹਤ, ਦੀਦੀ ਫਿਰ ਹੁਣ ਆਪਾਂ ਨੂੰ ਉਹਨਾਂ ਦੇ ਆਉਣ ਦੀ ਤਰੀਕ ਕਿਵੇਂ ਪਤਾ ਲੱਗੂ? ਕੀਰਤੀ, ਲਵੀ ਕਹਿੰਦਾ ਸੀ ਵੀ ਇਸੇ ਮਹੀਨੇ ਆਉਣਾ ਏ, ਪਰ ਤਰੀਕ ਉਹਨੂੰ ਵੀ ਨਹੀਂ ਪਤਾ। ਚਲ ਕੋਈ ਨਹੀਂ, ਦੇਖਦੇ ਹਾਂ। ਚਾਹਤ, ਦੀਦੀ ਬਾਹਰ ਲਵੀ ਆ ਗਿਆ, ਮੈਂ ਗੇਟ ਖੋਲ੍ਹ ਦੇਵਾਂ, ਠੀਕ ਆ ਫਿਰ ਗੱਲ ਕਰਦੀ ਹਾਂ। ਇੰਨਾ ਕਹਿ ਕੇ ਚਾਹਤ ਔਫਲਾਈਨ ਹੋ ਗਈ, ਅਤੇ ਕੀਰਤੀ ਵੀ ਆਪਣੇ ਕੰਮ ਕਾਰ ਵਿੱਚ ਰੁੱਝ ਗਈ। ਕੁਛ ਮਿੰਟਾਂ ਬਾਅਦ ਕੀਰਤੀ ਨੂੰ ਲਵੀ ਨੇ ਫੋਨ ਕੀਤਾ ਅਤੇ ਉਸ ਦੀ ਗੱਲ ਅੰਮ੍ਰਿਤ ਨਾਲ ਕਰਵਾਈ। ਕੀਰਤੀ ਨੇ ਅੰਮ੍ਰਿਤ ਨਾਲ ਵੀਡੀਓ ਕਾਲ 'ਤੇ ਗੱਲ ਕਰੀ। ਤਕਰੀਬਨ ਅੱਧਾ ਘੰਟਾ ਗੱਲਾਂ ਕਰਨ ਤੋਂ ਬਾਅਦ ਕੀਰਤੀ ਨੇ ਫੋਨ ਕੱਟ ਦਿੱਤਾ ਅਤੇ ਲਵੀ ਨੂੰ ਮੈਸੇਜ ਕੀਤਾ, ਜਿਸ ਵਿੱਚ ਉਸਨੇ ਉਸਨੂੰ ਅੰਮ੍ਰਿਤ ਕੋਲ ਵਾਪਸ ਜਾਣ ਲਈ ਕਿਹਾ, ਕਿਉਂਕਿ ਉਹ ਅੰਮ੍ਰਿਤ ਦੇ ਫੋਨ ਤੋਂ ਫੋਨ ਲਗਾ ਕੇ ਉਸਨੂੰ ਫੋਨ ਫੜਾ ਕੇ ਦੂਰ ਚਲਾ ਗਿਆ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਲਵੀ ਨੇ ਕੀਰਤੀ ਨੂੰ ਮੈਸੇਜ ਕੀਤਾ, ਕੀਰਤੀ ਲਵੀ ਕਿੱਥੇ ਆ ਤੂੰ? ਜਲਦੀ ਜਲਦੀ ਇਹਨਾਂ ਦੇ ਕੋਲ ਜਾ ਪਲੀਜ਼। ਇੰਨਾ ਕਹਿ ਕੇ ਕੀਰਤੀ ਲਵਪ੍ਰੀਤ ਦੇ ਉੱਤਰ ਦੇਣ ਦੀ ਉਡੀਕ ਕਰਨ ਲੱਗੀ, ਪਰ ਕਾਫ਼ੀ ਦੇਰ ਤੱਕ ਲਵਪ੍ਰੀਤ ਨੇ ਉਸਨੂੰ ਕੋਈ ਉੱਤਰ ਦੇਣਾ ਤਾਂ ਦੂਰ, ਉਸਦਾ ਮੈਸੇਜ ਦੇਖਿਆ ਤੱਕ ਨਾ। 5 ਮਿੰਟ ਬਾਅਦ ਕੀਰਤੀ ਨੇ ਉਸਨੂੰ ਵਟਸਐਪ 'ਤੇ ਹੀ ਫੋਨ ਕਰ ਲਿਆ, ਪਰ ਲਵਪ੍ਰੀਤ ਨੇ ਉਸਦਾ ਫੋਨ ਵੀ ਨਾ ਚੁੱਕਿਆ। ਕੀਰਤੀ ਨੇ ਆਪਣੇ ਫੋਨ ਤੋਂ ਲਵਪ੍ਰੀਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਫੋਨ ਬਲੈਕ ਲਿਸਟ ਵਿੱਚ ਹੋਣ ਕਰਕੇ ਉਹ ਇੱਥੇ ਵੀ ਕਾਮਯਾਬ ਨਾ ਹੋ ਸਕੀ। ਹੁਣ ਉਸਨੇ ਨਾ ਚਾਹੁੰਦੇ ਹੋਏ ਵੀ ਉਡੀਕ ਕਰਨੀ ਹੀ ਸਹੀ ਸਮਝੀ,
ਫਿਰ ਰਾਤੀ 9:30 ਲਵਪ੍ਰੀਤ ਨੇ ਕੀਰਤੀ ਨੂੰ ਮੈਸੇਜ ਦਾ ਜਵਾਬ ਦਿੱਤਾ। ਲਵਪ੍ਰੀਤ, ਹਾਂਜੀ ਭਾਬੀ, ਕੀ ਕਹਿੰਦੇ ਸੀ? ਫਿਰ ਤੁਹਾਡਾ ਅੰਮ੍ਰਿਤ। ਕੀਰਤੀ, ਬਹੁਤ ਕੁਝ ਕਹਿੰਦੇ ਸੀ ਅੱਜ ਤਾਂ ਉਹ। ਲਵਪ੍ਰੀਤ, ਕੀ ਦੱਸੋ ਫਿਰ। ਕੀਰਤੀ, ਪਹਿਲਾਂ ਤਾਂ ਮੈਨੂੰ ਕਹਿੰਦੇ ਅੱਜ ਮੈਂ ਤੁਹਾਨੂੰ ਦੇਖਣਾ ਏ, ਵੀਡੀਓ ਕਾਲ ਕਰੋ ਮੈਨੂੰ। ਫਿਰ ਮੈਂ ਵੀਡੀਓ ਕਾਲ ਕਰ ਲਈ। ਲਵਪ੍ਰੀਤ, ਅੱਛਾ ਜੀ। ਫਿਰ ਕੀਰਤੀ, ਫਿਰ ਮੈਨੂੰ ਸਾਰੇ ਖੇਤ ਦਿਖਾਏ, ਝੂਨਾ ਦਿਖਾਇਆ ਲੱਗਿਆ ਹੋਇਆ। ਫਿਰ ਮੈਨੂੰ ਮੋਟਰਸਾਈਕਲ ਦੇ ਪਿੱਛੇ ਲਿਖਿਆ ਭਾਣਜੀ ਦਾ ਨਾਮ ਦਿਖਾਇਆ ਅਤੇ ਕਹਿੰਦੇ ਇਹ ਨਾਮ ਮੇਰਾ ਏ, ਕਿਉਂਕਿ ਮੋਟਰਸਾਈਕਲ ਵੀ ਮੇਰਾ ਏ। ਲਵਪ੍ਰੀਤ, ਫਿਰ ਹੋਰ ਕੀ ਕਹਿੰਦਾ? ਕੀਰਤੀ, ਫਿਰ ਵੱਟ 'ਤੇ ਤੁਰਦੀ ਫਿਰਦੀ ਸੀ ਤਾਂ ਪੈਰ ਵਿੱਚ ਇੱਦਾਂ ਲੱਗਿਆ ਮੈਨੂੰ ਜਿਵੇਂ ਕੁਝ ਲੱਗਿਆ ਹੋਵੇ। ਮੈਨੂੰ ਲੱਗਿਆ ਸੀ ਕਿ ਕੱਚ ਲੱਗਿਆ, ਪਰ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਫਿਰ ਮੈਂ ਵੀ ਨੋਰਮਲ ਹੋ ਗਈ। ਫਿਰ ਉਹ ਮੋਟਰ ਕੋਲ ਚਲੇ ਗਏ ਅਤੇ ਬਿਜਲੀ ਦੀਆਂ ਤਾਰਾਂ ਨੂੰ ਛੇੜਨ ਲੱਗ ਗਏ। ਮੈਂ ਬਹੁਤ ਮੁਸ਼ਕਿਲ ਨਾਲ ਰੋਕੀ। ਕਹਿੰਦੇ ਮੈਂ ਠੀਕ ਕਰਦਾ ਏ, ਅੱਜ ਮੋਟਰ ਖਰਾਬ ਹੋ ਗਈ। ਲਵਪ੍ਰੀਤ, ਭਾਬੀ ਸੋਰੀ, ਮੇਰੇ ਤੋਂ ਗਲਤੀ ਹੋ ਗਈ, ਕਿਉਂਕਿ ਮੈਂ ਉਹਨੂੰ ਇਕੱਲਾ ਛੱਡ ਕੇ ਦੂਜੇ ਖੇਤ ਵੱਲ ਗੇੜਾ ਮਾਰਨ ਚਲੇ ਗਿਆ ਸੀ। ਭਾਬੀ, ਤੁਹਾਨੂੰ ਜੋ ਇਹਦੀ ਕੁਝ ਲੱਗਿਆ ਮਹਿਸੂਸ ਹੋਇਆ ਸੀ ਉਹ ਵਹਿਮ ਨਹੀਂ ਸੀ, ਸੱਚਮੁੱਚ ਇਹਦੇ ਕੱਚ ਲੱਗਿਆ ਸੀ। ਮਾਫ਼ ਕਰ ਦਿਓ ਭਾਬੀ, ਅੱਗੇ ਤੋਂ ਇਕੱਲਾ ਨਹੀਂ ਛੱਡ ਕੇ ਜਾਂਦਾ ਇਹਨੂੰ ਕਿਤੇ ਵੀ। ਰਹੀ ਗੱਲ ਤਾਰਾਂ ਦੀ, ਤਾਂ ਮੋਟਰ ਖਰਾਬ ਹੋ ਗਈ ਸੀ, ਅੱਜ ਤਾਂ ਮਕੈਨਿਕ ਠੀਕ ਕਰਕੇ ਗਿਆ ਸੀ, ਤਾਰਾਂ ਬਾਹਰ ਹੀ ਛੱਡ ਗਿਆ ਹੋਣਾ ਏ। ਬਾਕੀ ਉਸ ਟਾਈਮ ਬਿਜਲੀ ਹੈ ਨਹੀਂ ਸੀ ਮੋਟਰ ਵਾਲੀ, ਪਰ ਜਲਦੀ ਆਉਣ ਹੀ ਵਾਲੀ ਸੀ। ਪਰ ਉਦੋਂ ਤੱਕ ਤੁਸੀਂ ਮੈਸੇਜ ਕਰਕੇ ਮੈਨੂੰ ਇਹਦੇ ਕੋਲ ਭੇਜਤਾ। ਰੱਬ ਨੇ ਹੀ ਰੱਖ ਲਿਆ ਮੈਨੂੰ ਤਾਂ ਅੱਜ, ਕਿਉਂਕਿ ਜੇ ਕਰੰਟ ਵੀ ਲੱਗ ਜਾਂਦਾ ਥੋੜ੍ਹਾ ਜਿਹਾ ਵੀ, ਮੇਰੀ ਨਹੀਂ ਸੀ ਖੈਰ ਅੱਜ। ਕੀਰਤੀ, ਤੇਰਾ ਦਿਮਾਗ ਖਰਾਬ ਵਾਲਾ ਵੀ, ਜੇ ਕੁਝ ਹੋ ਜਾਂਦਾ ਇਹਨਾਂ ਨੂੰ ਫਿਰ। ਲਵਪ੍ਰੀਤ, ਭਾਬੀ ਪੈਰੀ ਹੱਥ ਲਵਾ ਲਓ, ਪਰ ਮੈਨੂੰ ਮਾਫ਼ ਕਰ ਦਿਓ ਪਲੀਜ਼। ਕੀਰਤੀ, ਅੱਗੇ ਤੋਂ ਧਿਆਨ ਰੱਖੀ, ਨਹੀਂ ਤਾਂ ਫਿਰ ਦੇਖ ਲਈ। ਲਵਪ੍ਰੀਤ, ਹਾਂਜੀ, ਤੁਸੀਂ ਪਲੀਜ਼ ਮਾਸੀ ਜੀ ਨੂੰ ਨਾ ਦੱਸਿਓ ਪਲੀਜ਼ ਭਾਬੀ। ਕੀਰਤੀ, ਪਹਿਲੀ ਅਤੇ ਆਖਰੀ ਗਲਤੀ ਆ, ਠੀਕ ਆ? ਲਵਪ੍ਰੀਤ, ਹਾਂਜੀ ਭਾਬੀ, ਥੈਂਕ ਯੂ। ਕੁਝ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕੀਰਤੀ ਅਤੇ ਲਵਪ੍ਰੀਤ ਸੋ ਗਏ। ਅਗਲੇ ਦਿਨ ਕੀਰਤੀ ਨੇ ਚਾਹਤ ਨੂੰ ਮਹਿਸੂਸ ਕਰਕੇ ਅੰਮ੍ਰਿਤ ਦਾ ਹਾਲ ਚਾਲ ਪੁੱਛਿਆ ਤਾਂ ਚਾਹਤ ਨੇ ਉਸ ਨੂੰ ਦੱਸਿਆ, ਚਾਹਤ, ਦੀਦੀ ਠੀਕ ਆ, ਹੁਣ ਤਾਂ ਮੈਂ ਪੱਟੀ ਕਰਤੀ ਸੀ ਡਟੋਲ ਨਾਲ ਧੋ ਕੇ। ਕੀਰਤੀ, ਦਰਦ ਤਾਂ ਨਹੀਂ ਹੁੰਦਾ? ਚਾਹਤ, ਪਤਾ ਨਹੀਂ ਹੁਣ, ਕਿਉਂਕਿ ਜੇ ਹੁੰਦਾ ਵੀ ਆ ਤਾਂ ਵੀ ਉਹਨਾਂ ਨੂੰ ਕਿਹੜਾ ਦੱਸਣਾ ਆਉਣਾ ਏ, ਇਸ ਲਈ ਮੈਂ ਪੇਨ ਕਿਲਰ ਜ਼ਰੂਰ ਦਿੱਤੀ ਸੀ। ਕੀਰਤੀ, ਅੱਛਾ, ਚਲ ਵਧੀਆ ਕੀਤਾ, ਥੈਂਕ ਯੂ ਸੋ ਮੱਚ ਇਹਨਾਂ ਦਾ ਧਿਆਨ ਰੱਖਣ ਲਈ। ਚਾਹਤ, ਦੀਦੀ ਮੇਰਾ ਫਰਜ਼ ਆਏ ਤਾਂ, ਬਾਕੀ ਤੁਸੀਂ ਜੇ ਇੰਨੀ ਦੂਰ ਬੈਠੇ ਇੰਨਾ ਧਿਆਨ ਰੱਖ ਸਕਦੇ ਹੋ ਤਾਂ ਮੈਂ ਕੋਲ ਹੁੰਦੇ ਵੀ ਇੰਨਾ ਕੁ ਨਾ ਧਿਆਨ ਰੱਖਾਂ ਤਾਂ ਲਾਹਨਤ ਆ ਮੇਰੇ 'ਤੇ। ਕੁਝ ਦੇਰ ਤੱਕ ਹੋਰ ਗੱਲਾਂ ਕਰਨ ਤੋਂ ਬਾਅਦ ਦੋਵੇਂ ਆਪਣੇ ਆਪਣੇ ਕੰਮ ਕਰਨ ਵਿੱਚ ਰੁੱਝ ਗਈਆਂ। 20 ਅਗਸਤ ਨੂੰ ਰੋਜ਼ ਦੀ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤੀ ਅਤੇ ਚਾਹਤ ਦੀ ਗੱਲ ਹੋਈ ਤਾਂ ਕੀਰਤੀ ਨੇ ਜਦੋਂ ਸਾਰਿਆਂ ਬਾਰੇ ਪੁੱਛਿਆ ਤਾਂ, ਕੀਰਤੀ, ਅੱਛਾ ਚਾਹਤ ਮੈਨੂੰ ਦੱਸ ਇਹ ਕਿਵੇਂ ਨੇ, ਨਾਲੇ ਲਵੀ ਅਤੇ ਮੰਮੀ। ਚਾਹਤ, ਸਭ ਠੀਕ ਆ ਦੀਦੀ, ਤੁਸੀਂ ਦੱਸੋ। ਕੀਰਤੀ, ਜੇ ਸਭ ਠੀਕ ਆ ਤਾਂ ਫਿਰ ਲਵੀ ਮੇਰੇ ਮੈਸੇਜ ਕਿਉਂ ਨਹੀਂ ਦੇਖ ਰਿਹਾ, ਮੈਨੂੰ ਜ਼ਰੂਰੀ ਕੰਮ ਸੀ ਕੋਈ ਉਹਦੇ ਤੱਕ। ਚਾਹਤ, ਦੀਦੀ ਉਹ ਗੱਡੀ ਲੈ ਕੇ ਗਿਆ ਏ ਮਾਸੀ ਜੀ ਨਾਲ ਕਿਤੇ, ਸ਼ਾਇਦ ਡਰਾਈਵ ਕਰਦਾ ਹੋਊਗਾ ਤਾਂ ਨਹੀਂ ਦੇਖਿਆ ਹੋਣਾ ਫੋਨ। ਕੀਰਤੀ, ਕਿੱਥੇ ਗਏ ਨੇ ਦੋਵੇਂ ਇੰਨੀ ਰਾਤ ਨੂੰ, ਮੰਮੀ ਜੀ ਠੀਕ ਨੇ ਨਾ? ਚਾਹਤ, ਹਾਂਜੀ ਠੀਕ ਨੇ ਮਾਸੀ ਜੀ, ਪਤਾ ਨਹੀਂ ਮੈਨੂੰ ਤਾਂ ਕਿੱਥੇ ਗਏ ਨੇ,
ਮੈਂ ਹੁਣੇ ਫੋਨ ਕੀਤਾ ਸੀ ਲਵੀ ਨੂੰ, ਕਹਿੰਦਾ ਥੋੜ੍ਹੀ ਦੇਰ ਤੱਕ ਆਉਂਦੇ ਹਾਂ। ਕੀਰਤੀ: ਅੱਛਾ ਚਾਹਤ, ਕੋਈ ਨਹੀਂ ਦੀਦੀ, ਮੈਂ ਦੱਸ ਦੂੰਗੀ ਤੁਹਾਨੂੰ, ਜੋ ਵੀ ਮੈਨੂੰ ਦੱਸੂ ਲਵੀ, ਤੁਸੀਂ ਧਿਆਨ ਰੱਖੋ ਆਪਣਾ ਨਾਲੇ ਬੇਟੀ ਦਾ। ਕੀਰਤੀ: ਹਮ, ਹੋਰ ਦੱਸ। ਚਾਹਤ: ਹੋਰ ਸਭ ਵਧੀਆ ਹੈ ਦੀਦੀ, ਤੁਸੀਂ ਸੋ ਜਾਓ ਹੁਣ, ਮੈਂ ਵੀ ਇੰਨੇ ਅੰਮ੍ਰਿਤ ਨੂੰ ਰੋਟੀ ਦੇ ਦੇਵਾਂ, ਨਾਲੇ ਉਹਦੀਆਂ ਦਵਾਈਆਂ ਦਾ ਟਾਈਮ ਹੋਣ ਵਾਲਾ ਏ, ਫਿਰ ਕਰਦੇ ਹਾਂ ਗੱਲ ਕੱਲ੍ਹ ਨੂੰ। ਕੀਰਤੀ: ਹਮ ਠੀਕ ਆ, ਧਿਆਨ ਰੱਖੀ, ਨਾਲੇ ਪੈਰ ਕਿਵੇਂ ਆ ਹੁਣ ਇਹਨਾਂ ਦਾ? ਚਾਹਤ: ਠੀਕ ਆ ਦੀਦੀ, ਹੁਣ ਤਾਂ ਪਹਿਲਾਂ ਨਾਲੋਂ, ਅੱਜ ਤਾਂ ਅਸੀਂ ਦੋਵੇਂ ਖੇਡੇ ਵੀ ਸੀ, ਉਹਨਾਂ ਦੀ ਫੇਵਰੇਟ ਗੇਮ ਬੈਟਬਾਲ, ਤੁਸੀਂ ਐਵੇਂ ਨਾ ਫਿਕਰਾਂ 'ਚ ਸੁੱਕੀ ਜਾਇਆ ਕਰੋ, ਠੀਕ ਆ? ਕੀਰਤੀ: ਓਕੇ ਜੀ, ਚੱਲ ਦੇ ਦੇ ਰੋਟੀ ਇਹਨਾਂ ਨੂੰ, ਫਿਰ ਜ਼ਰੂਰ ਮੈਸੇਜ ਕਰ ਦੀ, ਚੱਲ ਲਵੀ ਅਤੇ ਮੰਮੀ ਜੀ ਆਉਣਗੇ, ਚਾਹੇ ਮੈਂ 100 ਵੀ ਜਾਵਾਂ ਤਾਂ ਵੀ ਮੈਸੇਜ ਕਰ ਦੀ, ਠੀਕ ਆ? ਚਾਹਤ: ਠੀਕ ਆ ਦੀਦੀ, ਜੋ ਹੁਕਮ, ਗੁੱਡ ਨਾਈਟ, ਦੀਦੀ ਧਿਆਨ ਰੱਖਿਓ ਆਪਣਾ। ਕੀਰਤੀ: ਵੈਰੀ ਗੁੱਡ ਨਾਈਟ, ਟੇਕ ਕੇਅਰ ਜੀ। ਰਾਤ ਦੇ 1:30 ਵਜੇ ਲਵੀ ਨੇ ਕੀਰਤੀ ਨੂੰ ਮੈਸੇਜ ਕੀਤਾ, ਪਰ ਕੀਰਤੀ ਦੇ ਸੁੱਤੀ ਪਈ ਹੋਣ ਕਰਕੇ ਉਸਨੂੰ ਉਸੇ ਮੈਸੇਜ ਬਾਰੇ ਪਤਾ ਨਾ ਲੱਗਿਆ। ਜਦੋਂ ਉਹ ਰੋਜ਼ ਦੀ ਤਰ੍ਹਾਂ ਸਵੇਰੇ 4 ਵਜੇ ਉੱਠੀ ਤਾਂ ਟਾਈਮ ਦੇਖਣ ਲਈ ਉਸਨੇ ਫੋਨ ਚੁੱਕ ਲਿਆ। ਫੋਨ ਦੇ ਉੱਤੇ ਚਾਹਤ ਨੇ ਉਸਦੇ ਕਹੇ ਅਨੁਸਾਰ ਲਵੀ ਅਤੇ ਨਸੀਬ ਕੌਰ ਦੇ ਘਰ ਆਉਣ ਤੋਂ ਬਾਅਦ ਉਸਨੂੰ ਮੈਸੇਜ ਕੀਤਾ ਹੋਇਆ ਸੀ, ਅਤੇ ਨਾਲ ਹੀ ਲਵੀ ਦੇ ਵੀ ਲਗਭਗ ਉਸੇ ਸਮੇਂ ਦੇ ਮੈਸੇਜ ਆਏ ਹੋਏ ਸੀ। ਕੀਰਤੀ ਨੇ ਲਵੀ ਦੇ ਮੈਸੇਜ ਦਾ ਜਵਾਬ ਦਿੱਤਾ, ਲਵਪ੍ਰੀਤ: ਹਾਂਜੀ ਬਾਬੀ, ਕਿਵੇਂ ਹੋ, ਰੋਸ਼ਨ ਕਿਵੇਂ ਆ? ਕੀਰਤੀ: ਮੇਰੀ ਛੱਡ, ਤੂੰ ਦੱਸ ਪਹਿਲਾਂ ਮੈਨੂੰ, ਤੂੰ ਇੰਨੀ ਰਾਤ ਨੂੰ ਕੀ ਕਰਦਾ ਸੀ ਜਾਗਦਾ? ਕੀਰਤੀ ਦੇ ਇਸ ਮੈਸੇਜ ਦੇ 15 ਮਿੰਟ ਬਾਅਦ ਹੀ ਲਵਪ੍ਰੀਤ ਨੇ ਉਸੇ ਮੈਸੇਜ ਨੂੰ ਦੇਖ ਲਿਆ ਅਤੇ ਦੇਖਦੇ ਹੀ ਉਸਦੇ ਮੈਸੇਜ ਦਾ ਜਵਾਬ ਦੇ ਦਿੱਤਾ, ਲਵਪ੍ਰੀਤ ਕੰਮ ਕਰਦਾ ਸੀ ਕੋਈ ਭਾਬੀ ਜੀ। ਕੀਰਤੀ: ਇੰਨੀ ਰਾਤ ਨੂੰ ਤੇਰਾ ਕਿਹੜਾ ਕੰਮ ਸੀ ਓਏ? ਲਵਪ੍ਰੀਤ: ਭਾਬੀ ਸੀ ਕੋਈ ਕੰਮ, ਤੁਹਾਨੂੰ ਹਰ ਗੱਲ ਪੁੱਛਣੀ ਜ਼ਰੂਰੀ ਆ? ਕੀਰਤੀ: ਸਿੱਧਾ ਹੋ ਕੇ ਦੱਸ ਦੇ ਮੈਨੂੰ। ਅੱਛਾ, ਤੇਰੇ ਹੱਥ ਫੇਰਨ ਵਾਲਾ ਏ, ਹੋਰ ਕੁਝ ਨਹੀਂ ਬਸ। ਲਵਪ੍ਰੀਤ: ਵਧਾਈਆਂ ਭਾਬੀ, ਸ਼੍ਰੀ ਹਿਲਟਰ ਮਾਸੀ ਆ ਗਈ, ਮੈਂ ਤਾਂ ਤੁਹਾਨੂੰ ਤੰਗ ਕਰਦਾ ਸੀ, ਤੁਸੀਂ ਪਰ ਕਿੱਥੇ ਮੈਨੂੰ ਮਸਤੀ ਕਰਨ ਦਿੰਦੇ ਹੋ, ਪਿੱਛੇ ਹੀ ਪੈ ਜਾਂਦੇ ਹੋ ਹੱਥ ਧੋ ਕੇ। ਉਹਨਾਂ ਨੂੰ ਲੈਣ ਗਏ ਹੋਏ ਸੀ ਰਾਤ ਦੀ, ਹੁਣੇ ਆਇਆ ਘਰ। ਕੀਰਤੀ: ਅੱਛਾ, ਫਿਰ ਦੱਸ, ਨਹੀਂ ਸੀ ਕਰ ਸਕਦਾ ਤੂੰ? ਐਵੇਂ ਬਕਵਾਸ ਕਰਦਾ ਰਹਿਣਾ ਏ, ਮੈਨੂੰ ਲੱਗਿਆ ਤੂੰ ਮੈਨੂੰ ਸੱਚੀ ਇੰਨਾ ਰੂਡਲੀ ਬੋਲਣ ਲੱਗ ਪਿਆ। ਲਵਪ੍ਰੀਤ: ਭਾਬੀ ਮੈਂ ਮਰਨਾ ਏ ਇੱਦਾਂ ਦੇ ਕੁਛ ਕਰਕੇ, ਮਾਸੀ ਜੀ ਮੇਰੀ ਜਾਨ ਲੈ ਲੈਣਗੇ, ਵੀ ਤੂੰ ਮੇਰੀ ਨੂੰਹ ਨੂੰ ਐਵੇਂ ਕਿਵੇਂ ਬੋਲਿਆ, ਤੇਰੀ ਹਿੰਮਤ ਕਿਵੇਂ ਹੋਈ ਉਹਨੂੰ ਬੋਲਣ ਦੀ? ਕੀਰਤੀ: ਆਹੋ, ਮਿੱਠੀਆਂ ਗੋਲੀਆਂ ਜਿੰਨੀਆਂ ਮਰਜ਼ੀ ਲੈ ਲਓ ਤੇਰੇ ਤੋਂ। ਲਵਪ੍ਰੀਤ: ਐਵੇਂ ਹੀ ਆ ਫਿਰ ਅਸੀਂ ਤਾਂ ਜੀ। ਕੀਰਤੀ: ਕੌਣ ਕੌਣ ਆਇਆ ਏ ਲਵੀ? ਲਵਪ੍ਰੀਤ: ਹਿਟਲਰ ਮਾਸੀ ਜੀ, ਉਹਨਾਂ ਦਾ ਮੁੰਡਾ ਅਤੇ ਨੂੰਹ। ਕੀਰਤੀ: ਅੱਛਾ, ਚੱਲ ਤੂੰ ਰੈਸਟ ਕਰ ਲਾ ਹੁਣ, ਮੈਂ ਨਿਤਨੇਮ ਕਰ ਲਵਾਂ, ਦਿਨ 'ਚ ਕਰਦੇ ਹਾਂ ਗੱਲ ਬਾਕੀ। ਕੀਰਤੀ ਨੇ ਉੱਠ ਕੇ ਪਹਿਲਾਂ ਇਸ਼ਨਾਨ ਕੀਤਾ, ਫਿਰ ਗੁਰੂ ਘਰ ਜਾ ਕੇ ਰੋਜ਼ ਦੀ ਤਰ੍ਹਾਂ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਪਸ ਘਰ ਆ ਕੇ 5 ਬਾਣੀਆਂ ਦਾ ਪਾਠ ਕੀਤਾ ਅਤੇ ਆਪਣੇ ਕੰਮਾਂ ਵਿੱਚ ਰੁੱਝ ਗਈ ਦਿਨ ਵਿੱਚ। ਧੰਨਵਾਦ ਜੀ, ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਬਣੇ ਰਹੋ ਚੈਨਲ ਦੇ ਨਾਲ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਜੀ।